ਅੱਜ ਸ਼ੰਭੂ ਵਿਖੇ ਪਹੁੰਚੇ ਸਮੂਹ ਸੱਜਣ ਇਹ ਜਾਣਦੇ ਨੇ ਕਿ ਇਹ ਮਸਲਾ ਸਿਰਫ ਖੇਤੀ ਦੇ ਨਾਲ ਸੰਬੰਧਿਤ ਨਹੀਂ ਆ ਇਹ ਮਸਲਾ ਜੋ ਮਸਲੇ ਪੰਜਾਬ ਦੇ 1947 ਤੋਂ ਜੁੜੇ ਆ ਉਹਨਾਂ ਨਾਲ ਸੰਬੰਧਿਤ ਆ ਚਾਹੇ ਉਹ ਵੰਡ ਦਾ ਮਸਲਾ ਹੋਵੇ ਚਾਹੇ ਪੰਜਾਬੀ ਸੂਬੇ ਦੀ ਗੱਲ ਹੋਵੇ ਚਾਹੇ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ ਚਾਹੇ ਖੁਦਮਖਤਿਆਰੀ ਦੀ ਗੱਲ ਹੋਵੇ ਕਿਸਾਨ ਭਰਾਵੋ ਉਹ ਸਾਡੇ ਸਤਿਕਾਰਯੋਗ ਜਥੇਬੰਦੀਆਂ ਵਾਲੇ ਐਮਐਸਪੀ ਨੂੰ ਲੈ ਕੇ ਆਪਣੀ ਗੱਲ ਜਿਹੜੀ ਆ ਉਹ ਰੱਖ ਰਹੇ ਆ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਐਮਐਮਐਸਪੀ ਮਿਲਦੀ ਸੀ ਕੀ ਅਦੋਂ ਕਿਸਾਨ ਖੁਦਕੁਸ਼ੀਆਂ ਨਹੀਂ ਸੀ ਕਰਦੇ ਕੀ ਐਮਐਸਪੀ ਜਾਂ ਗ੍ਰੀਨ ਰੈਵੋਲੂਸ਼ਨ ਜਿਹੜਾ ਪੰਜਾਬ ਦੇ ਵਿੱਚ ਲਿਆਂਦਾ ਗਿਆ ਕੀ ਪੰਜਾਬ ਨੂੰ ਉਹਦੀ ਲੋੜ ਸੀ ਪੰਜਾਬ ਦਾ ਬਹੁਤ ਵਧੀਆ ਗੁਜਾਰਾ ਹੋ ਰਿਹਾ ਸੀ ਪਰ ਜਦੋਂ ਭਾਰਤ ਦੇ ਵਿੱਚ ਭੁੱਖਮਰੀ ਕਰਕੇ ਨਾਜ ਦੀ ਲੋੜ ਪਈ ਤਾਂ ਕੇਂਦਰ ਦੀ ਮੌਜੂਦਾ ਉਸ ਸਮੇਂ ਦੀ ਸਰਕਾਰ ਨੇ ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਉਹ ਫਸਲਾਂ ਪੰਜਾਬ ਦੇ ਵਿੱਚੋਂ ਭੇਜੀਆਂ ਤੇ ਉਹ ਫਸਲਾਂ ਪੰਜਾਬ ਚੋਂ ਉਗਾਈਆਂ ਗਈਆਂ ਜਿਹੜੀਆਂ ਪੰਜਾਬ ਦੀ ਖੇਤੀ ਦੇ ਨਾਲ ਨਹੀਂ ਰਲਦੀਆਂ ਉਹਨਾਂ ਫਸਲਾਂ ਨੂੰ ਪੂਰੇ ਭਾਰਤ ਚ ਭੇਜਿਆ ਗਿਆ ਭਾਰਤ ਦਾ ਢਿੱਡ ਭਰਿਆ ਗਿਆ ਤੇ ਨਾਰਾ ਸੀ ਜੈ ਜਵਾਨ ਤੇ ਜੈ ਕਿਸਾਨ ਤੇ ਅੱਜ ਵੇਖ ਲਓ ਤੁਸੀਂ ਜਿਹੜੇ ਸਾਡੇ ਬਜ਼ੁਰਗ ਆ ਕਿਸਾਨ ਆਗੂ ਜਾਂ ਜਿਹੜੇ ਪੰਜਾਬ ਦੇ ਹਮਦਰਦੀ ਆ ਉਹ ਸੜਕਾਂ ਤੇ ਰੋਲ ਰਹੇ ਆ ਤੇ ਸਾਡਾ ਨੌਜਵਾਨ ਪ੍ਰਵਾਸ ਕਰ ਰਿਹਾ ਇਹ ਮਸਲਾ ਇਕੱਲੀ ਖੇਤੀ ਦਾ ਨਹੀਂ ਇਹ ਕੇਂਦਰ ਸਰਕਾਰ ਦੇ ਏਜੰਡੇ ਦਾ ਵਾ ਦੇਸ਼ ਪੰਜਾਬ ਦਾ ਮਸਲਾ ਵਾ ਇਸ ਮਸਲੇ ਨੂੰ ਕਿਹੜੇ ਢਾਂਚੇ ਦੇ ਨਾਲ ਵੱਖ-ਵੱਖ ਤਰੀਕਿਆਂ ਨਾਲ ਪੰਜਾਬ ਦੇ ਅੱਗੇ ਸਮਾਂ ਦਰ ਸਮਾਂ ਬਦਲ ਕੇ ਪੇਸ਼ ਕੀਤਾ ਗਿਆ ਤੁਸੀਂ ਸਾਰੇ ਜਾਣਦੇ ਹੋ ਸਾਡੇ ਬਜ਼ੁਰਗਾਂ ਨੇ ਉਸ ਸਮਾਂ ਵੇਖਿਆ ਤੇ ਹੰਡਾਇਆ ਤੇ ਆਪਣੇ ਸੰਘਰਸ਼ ਵੀ ਉਸ ਸਮੇਂ ਤੋਂ ਕੀਤਾ ਜਿਹੜੀ ਸਾਡੀ ਵੰਡ ਤੋਂ ਬਾਅਦ ਪੰਜਾਬ ਦੇ ਸੂਬੇ ਨੂੰ ਛੋਟਾ ਕਰ ਦਿੱਤਾ ਗਿਆ ਇਹ ਸੇਮ ਅਜੰਡਾ ਉਹੀ ਆ ਹਰਿਆਣਾ ਦੇ ਪੰਜਾਬੀ ਬੋਲ ਦੇ ਇਲਾਕੇ ਰਾਜਸਥਾਨ ਦੇ ਪੰਜਾਬੀ ਬੋਲ ਦੇ ਇਲਾਕੇ ਤੇ ਹਿਮਾਚਲ ਦਾ ਕੁਝ ਹਿੱਸਾ ਸਾਡੇ ਕੋਲ ਵੱਖ ਕੀਤਾ ਗਿਆ ਬੜੇ ਅਫਸੋਸ ਨਾਲ ਮੈਂ ਕਹਿਣਾ ਕਹਿਣਾ ਚਾਹ ਰਿਹਾ ਵਾਂ ਕਿ ਸਾਡੇ ਕੋਲ ਜੋ ਕੁਦਰਤ ਦੀ ਦਾਤ ਬਖਸ਼ੀ ਪਾਣੀ ਉਹ ਕੇਂਦਰ ਸਰਕਾਰ ਨੇ ਜਦੋਂ ਭਾਰਤ ਦੀ ਆਜ਼ਾਦੀ ਮਿਲੀ ਤੇ ਪੰਜਾਬ ਦੀ ਵੰਡ ਹੋਈ ਉਸ ਸਮੇਂ ਕੇਂਦਰ ਸਰਕਾਰ ਨੇ ਪੰਜਾਬੀਆਂ ਦੇ ਜੋ ਰਾਜਸਥਾਨ ਨੂੰ ਜਾਂਦਾ ਪਾਣੀ ਸੀ ਉਹਦਾ ਮੁਆਵਜ਼ਾ ਪੰਜਾਬ ਨੂੰ ਦੇਣਾ ਪੈਂਦੀ ਸੱਤੇ ਬੰਦ ਕੀਤਾ ਜਿਹੜਾ ਕਿ ਸੋਲ ਆਮ ਐਮਪ ਪਾਣੀ ਦੇ ਵਿੱਚੋਂ ਅੱਧਾ ਐਮ ਪਾਣੀ 8 ਐਮ ਐਫ ਨੂੰ ਰਾਜਸਥਾਨ ਨੂੰ ਜਾ ਰਿਹਾ ਨਹਿਰਾ ਨਾਹੀਂ ਤੁਸੀਂ ਦੇਖ ਸਕਦੇ ਹੋ ਹਰੀਕੇ ਪੱਤਨ ਤੋਂ ਤੇ ਖੇਤੀ ਵਾਸਤੇ ਕਿਸਾਨ ਨੂੰ ਮਜਬੂਰ ਹੋ ਕੇ ਗ੍ਰੀਨ ਰੈਵਿਊਲੂਸ਼ਨ ਦੇ ਕੇ ਬੰਬੀਆਂ ਦੇ ਬਿੱਲ ਫ੍ਰੀ ਕੀਤੇ ਗਏ ਕਿ ਤੁਸੀਂ ਆਪਣੇ ਜ਼ਮੀਨ ਦੇ ਪਾਣੀ ਦੀ ਵਰਤੋਂ ਕਰੋ ਉਹਨੂੰ ਆਪਣੀ ਸਿੰਚਾਈ ਲਈ ਵਰਤੋ ਜਿਹੜਾ ਕਿ ਪਾਣੀ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਲਈ ਪੀਣ ਲਈ ਵਰਤਣਾ ਸੀ ਅੱਜ ਪੰਜਾਬ ਦੇ ਜਿੰਨੇ ਵੀ ਬਲਾਕ ਆ ਉਹਨਾਂ ਵਿੱਚ ਪਾਣੀ ਦਾ ਮਸਲਾ ਬਹੁਤ ਗੰਭੀਰ ਆ ਸ਼ਾਇਦ ਕੋਸ਼ਕ ਵੀਰ ਭਰਾ ਇਸ चीज ਨੂੰ ਸਮਝ ਸਕਣ ਗੱਲ ਨੂੰ ਕਿਸਾਨ ਮਜਬੂਰ ਆ ਕਿਉਂਕਿ ਦੋ ਫਸਲਾਂ ਤੋਂ ਬਿਨਾਂ ਤੀਜੀ ਨੂੰ ਕੋਈ ਚੱਕਦਾ ਨਹੀਂ ਆ ਤੇ ਆਉਣ ਵਾਲੇ ਸਮੇਂ 'ਚ ਵੈਸੇ ਵੀ ਪੰਜਾਬ ਦੀ ਖੇਤੀ 10-15 ਸਾਲ ਬਾਅਦ ਖਤਮ ਹੋ ਜਾਣੀ ਆ ਕਿਉਂਕਿ ਪਾਣੀ ਜ਼ਮੀਨ ਦਾ ਸਾਡਾ 400 ਫੁੱਟ ਤੇ ਚੱਲ ਗਿਆ ਜਿਹੜ ਨੂੰ ਅਸੀਂ ਪੀ ਨਹੀਂ ਸਕਦੇ ਅੱਜ ਦਾ ਸੰਘਰਸ਼ ਵਿੱਚ ਆਉਣ ਵਾਲੇ ਵੀਰੇ ਇਹ ਚੀਜ਼ ਸਮਝ ਰਣ ਕਿ ਮਸਲਾ ਕੱਲੀ ਖੇਤੀ ਦਾ ਨਹੀਂ ਆ ਦੂਜੀ ਗੱਲ ਇਹ ਮਸਲਾ ਕੱਲੇ ਪ੍ਰਾਈਵੇਟ ਘਧਾਰੇ ਦਾ ਜਾਂ ਪੂੰਜੀਵਾਦ ਦਾ ਨਹੀਂ ਆ ਜੇਕਰ ਇਹ ਮਸਲਾ ਕੱਲੇ ਪ੍ਰਾਈਵੇਟ ਆਧਾਰੇ ਜਾਂ ਪੂੰਜੀਵਾਦ ਦੇ ਮੁਨਾਫੇ ਦਾ ਹੁੰਦਾ ਤਾਂ ਕੇਂਦਰ ਸਰਕਾਰ ਆਪਣਾ ਇਹ ਬਿੱਲ ਆਪਣਾ ਇਹ ਕਾਨੂੰਨ ਕਦੀ ਪਾਸ ਨਾ ਕਰਦੀ ਕਿਉਂਕਿ ਤੁਹਾਡੀਆਂ ਵੋਟਾਂ ਲੈ ਕੇ ਸਰਕਾਰਾਂ ਭਰੀਆਂ ਤੇ ਉਹ ਕਦੀ ਨਾ ਚਾਹੁੰਦੇ ਕਿ ਅਡਾਨੀਆਂ ਨੂੰ ਮੁਨਾਫੇ ਦੇਣ ਵਾਸਤੇ ਅਸੀਂ ਆਪਣੀਆਂ ਵੋਟਾਂ ਖਰਾਬ ਕਰੀਏ ਕਿਉਂਕਿ ਇਹ ਏਜੰਡਾ ਪੂੰਜੀਵਾਦ ਦਾ ਨਹੀਂ ਇੱਕ ਰਾਜਨੀਤਿਕ ਢਾਂਚੇ ਦਾ ਏਜੰਡਾ ਅੱਜ ਇਸ ਸੰਘਰਸ਼ ਦੇ ਵਿੱਚ ਮੇਨ ਚਿੰਤਾ ਦਾ ਵਿਸ਼ਾ ਇਹ ਆ ਕਿ ਜੇ ਸਰਕਾਰ ਪਿੱਛੇ हट ਗਈ ਤੇ ਭਾਰਤ ਦੀ ਰਾਜਨੀਤੀਕ ਦੀ ਵਿਵਸਥਾ ਬਦਲੂਗੀ ਤੇ ਜੇ ਸਾਡਾ ਸੰਘਰਸ਼ ਦੇ ਵਿੱਚੋਂ ਆਪਾਂ ਪਿੱਛੇ ਹਟ ਗਏ ਤੇ ਸਸੀਂ ਆਪਣੀ ਹੋਂਦ ਨੂੰ ਮਿੱਟੀ ਦੇ ਵਿੱਚ ਰੋਲ ਕੇ ਤੇ ਵੇਖਾਂਗੇ ਕਿ ਸਾਡੀ ਹੋਂਦ ਕੀ ਆ ਕੱਲਾ ਪੈਸੇ ਦਾ ਜਾਂ ਕਾਰਪੋਰੇਟ ਢਾਂਚੇ ਦੇ ਅਧੀਨ ਆਉਣ ਵਾਲਾ ਮਸਲਾ ਨਹੀਂ ਆ ਸਾ ਸੰਗਤ ਦੀ ਮਸਲਾ ਹੋਂਦ ਦਾ ਵਾ ਸਾਡੀ ਬੋਲੀ ਦਾ ਵਾ ਸਾਡੇ ਪਾਣੀਆਂ ਦਾ ਵਾ ਸਾਡੇ ਖਿੱਤੇ ਦਾ ਵਾ ਤੇ ਸਾਡੀ ਨੌਜਵਾਨੀ ਦਾ ਵਾ ਸੋ ਅੰਤ ਮੈਂ ਇਹ ਬੇਨਤੀ ਕਰਦਾ ਕਿ ਸਾਨੂੰ ਆਪਣੇ ਨਾਲ ਹਰ ਇੱਕ ਵਰਗ ਨੂੰ ਜੋੜਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਚਾਹੇ ਉਹ ਸਾਡੇ ਮੂਲ ਨਵਾਸੀ ਭਰਾ ਜਿਨ੍ਹਾਂ ਨੂੰ ਭਾਰਤ ਦਾ ਸੰਵਿਧਾਨ ਐਸਸੀ ਓਬੀਸੀ ਵਾਟ ਐਵਰ ਜੋ ਵੀ ਵਰਗ ਕਹਿੰਦਾ ਬਿਨਾ ਏਕਤਾ ਤੋਂ ਅਸੀਂ ਇਸ ਸੰਘਰਸ਼ ਦੇ ਵਿੱਚ ਪੜਾ ਦਰ ਪੜਾ ਆਪਣੀ ਦਸ਼ਾ ਤੱਕ ਪਹੁੰਚਣ ਲੱਗਿਆ ਬਹੁਤ ਮੁਸ਼ਕਲਾਂ ਵੇਖਾਂਗੇ ਜਿੰਨਾ ਚਿਰ ਏਕਤਾ ਨਹੀਂ ਮਿਲਦੀ ਸੋ ਹਰ ਕੋਈ ਵੀਰ ਜਿਹੜਾ ਵਾ ਉਹ ਇਹ ਚੀਜ਼ ਨੂੰ ਸਮਝੇ ਕਿ ਸਿਰਫ ਖੇਤੀ ਨਾਲ ਸੰਬੰਧਤ ਇਹ ਮਸਲਾ ਨਹੀਂ ਆ ਇਹ ਮਸਲਾ ਪੰਜਾਬ ਨਾਲ ਸੰਬੰਧਤ ਆ ਇਹ ਰਾਜਨੀਤੀ ਨਾਲ ਸੰਬੰਧਤ ਆ ਇਹ ਸਾਡੀ ਹੋਂਦ ਨਾਲ ਸੰਬੰਧਤ ਆ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਿਓ ਕਈ ਕਿਸੇ ਗੱਲ ਦਾ ਮੈਂ ਖੇਮਾਂ ਦਾ ਜਾਂਚ ਕੇ ਆ ਤੁਹਾਡਾ ਛੋਟਾ ਭਰਾ ਅੰਤ ਫਤਿਹ ਦੀ ਸਾਂਝ ਪਾਉਂਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ